ਸਰਕਾਰ ਤਾਂ ਇਹ ਵੀ ਰਹੇ ਨੇ ਬਾਦਲ ਕੇ, ਇਹ ਵੀ ਰਹੇ ਨੇ ਸਰਕਾਰ 'ਚ, ਪਰ ਆਪਣੇ ਪਰਿਵਾਰ ਵਾਸਤੇ ਰਹੇ ਨੇ, ਲੋਕਾਂ ਵਾਸਤੇ ਰਹੇ ਨੇ। ਇੱਥੋਂ ਐਮ ਪੀ ਰਿਹਾ ਫਿਰੋਜ਼ਪੁਰ ਤੋਂ, ਮੈਂ ਵੀ ਉਦੋਂ ਉੱਥੇ ਹੁੰਦਾ ਸੀ। ਉਹ ਇੱਥੇ ਤਾਂ ਛੱਡੋ, ਉੱਥੇ ਨਹੀਂ ਆਇਆ ਕਦੇ, ਪਾਰਲੀਮੈਂਟ 'ਚ ਵੀ ਨਹੀਂ ਦੇਖਿਆ ਕਦੇ। ਸਭ ਤੋਂ ਘੱਟ ਸਵਾਲ ਕੀਤੇ ਹੈ, ਸਭ ਤੋਂ ਘੱਟ ਹਾਜ਼ਰੀ ਹੈ। ਮੈਂ ਉੱਥੇ ਹੁੰਦਾ ਸੀ, ਉਦੋਂ ਤੋਂ ਚੁਣ ਕੇ ਭੇਜਿਆ। ਉਹ ਵੀਰੋ, ਇਹਨਾਂ ਨੂੰ ਇਹਨਾਂ ਨੇ ਕੁਛ ਨਹੀਂ ਲੈਣਾ। ਇਹ ਤਾਂ ਕਹਿੰਦੇ ਜਿੰਨਾ ਚਿਰ ਮੁੱਖ ਮੰਤਰੀ ਨਹੀਂ ਬਣਦਾ, ਸਰਕਾਰ ਨਹੀਂ ਬਣਦੀ, ਉਹਨਾਂ ਚਿਰ ਆਪਾਂ ਨੇ ਕੀ ਲੈਣਾ ਲੋਕਾਂ ਤੋਂ। ਸੋ ਅਸੀਂ ਹੈਗੇ ਉਹ, ਜਿੱਥੇ ਮਰਜ਼ੀ ਰੱਖੋਗੇ ਉੱਥੇ ਖੜਾਂਗੇ। ਆਹ ਖੜੇ ਹਾਂ, ਸੁਖਬੀਰ ਬਾਦਲ ਨੇ ਕੱਢੀ ਸੀ ਉਹ ਪਰਿਵਾਰ ਬਚਾਓ ਯਾਤਰਾ, ਉਹ ਇੱਕ ਜੀਪ ਦੇ ਉੱਤੇ ਵੀ ਛਤਰੀ ਲਵਾ ਲਈ, ਜਦੋਂ ਧੁੱਪ ਨਾ ਲੱਗੇ ਜਨਾਬ ਨੂੰ। ਅਕਾਲੀ ਕਾਂਗਰਸੀ ਨੇ, ਬੀਜੇਪੀ ਵਾਲੇ ਨੇ, ਇਹਨਾਂ ਨਾਲ ਹੱਥ ਬੁਲਾ ਕੇ ਬਾਅਦ ਉਂਗਲੀਆਂ ਕਹਿਣੀਆਂ ਪੈਂਦੀਆਂ ਨੇ, ਪੂਰੀਆਂ ਨੇ ਲੈ ਗਏ ਕਦੀ। ਇਹਨਾਂ ਦਾ ਆਹ ਹਾਲ ਹੈ, ਇਹਨਾਂ ਦਾ ਪੈਸੇ ਖਾਣ ਤੱਕ ਹੀ ਮਤਲਬ ਹੈ, ਹੋਰ ਕੋਈ ਮਤਲਬ ਨਹੀਂ ਹੈ। ਇਸ ਕਰਕੇ ਮੈਨੂੰ ਤਾਂ ਭਾਵੇਂ ਜੱਫੀਆਂ ਪਾਈ ਲਓ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਮੇਰੇ ਨਾਲ ਮਿਲ ਕੇ ਕੋਈ ਖਤਰਾ ਨਹੀਂ। ਮੈਂ ਤੁਹਾਡਾ ਆਪਣਾ ਪੁੱਤ ਹਾਂ, ਮੈਂ ਤੁਹਾਡਾ ਆਪਣਾ ਭਤੀਜਾ, ਮੈਂ ਤੁਹਾਡਾ ਆਪਣਾ ਛੋਟਾ। ਸਰਕਾਰ ਤਾਂ ਇਹ ਵੀ ਰਹੇ ਨੇ ਬਾਦਲ ਕੇ, ਇਹ ਵੀ ਰਹੇ ਨੇ ਸਰਕਾਰ 'ਚ, ਪਰ ਆਪਣੇ ਪਰਿਵਾਰ ਵਾਸਤੇ ਰਹੇ ਨੇ, ਲੋਕਾਂ ਵਾਸਤੇ ਰਹੇ ਨੇ। ਇੱਥੋਂ ਐਮ ਪੀ ਰਿਹਾ ਫਿਰੋਜ਼ਪੁਰ ਤੋਂ, ਮੈਂ ਵੀ ਉਦੋਂ ਉੱਥੇ ਹੁੰਦਾ ਸੀ। ਉਹ ਇੱਥੇ ਤਾਂ ਛੱਡੋ, ਉੱਥੇ ਨਹੀਂ ਆਇਆ ਕਦੇ, ਪਾਰਲੀਮੈਂਟ 'ਚ ਵੀ ਨਹੀਂ ਦੇਖਿਆ ਕਦੇ। ਸਭ ਤੋਂ ਘੱਟ ਸਵਾਲ ਕੀਤੇ ਹੈ, ਸਭ ਤੋਂ ਘੱਟ ਹਾਜ਼ਰੀ ਹੈ। ਮੈਂ ਉੱਥੇ ਹੁੰਦਾ ਸੀ, ਉਦੋਂ ਤੋਂ ਚੁਣ ਕੇ ਭੇਜਿਆ। ਉਹ ਵੀਰੋ, ਇਹਨਾਂ ਨੂੰ ਇਹਨਾਂ ਨੇ ਕੁਛ ਨਹੀਂ ਲੈਣਾ। ਇਹ ਤਾਂ ਕਹਿੰਦੇ ਜਿੰਨਾ ਚਿਰ ਮੁੱਖ ਮੰਤਰੀ ਨਹੀਂ ਬਣਦਾ, ਸਰਕਾਰ ਨਹੀਂ ਬਣਦੀ, ਉਹਨਾਂ ਚਿਰ ਆਪਾਂ ਨੇ ਕੀ ਲੈਣਾ ਲੋਕਾਂ ਤੋਂ। ਸੋ ਅਸੀਂ ਹੈਗੇ ਉਹ, ਜਿੱਥੇ ਮਰਜ਼ੀ ਰੱਖੋਗੇ ਉੱਥੇ ਖੜਾਂਗੇ। ਆਹ ਖੜੇ ਹਾਂ, ਸੁਖਬੀਰ ਬਾਦਲ ਨੇ ਕੱਢੀ ਸੀ ਉਹ ਪਰਿਵਾਰ ਬਚਾਓ ਯਾਤਰਾ, ਉਹ ਇੱਕ ਜੀਪ ਦੇ ਉੱਤੇ ਵੀ ਛਤਰੀ ਲਵਾ ਲਈ, ਜਦੋਂ ਧੁੱਪ ਨਾ ਲੱਗੇ ਜਨਾਬ ਨੂੰ। ਅਕਾਲੀ ਕਾਂਗਰਸੀ ਨੇ, ਬੀਜੇਪੀ ਵਾਲੇ ਨੇ, ਇਹਨਾਂ ਨਾਲ ਹੱਥ ਬੁਲਾ ਕੇ ਬਾਅਦ ਉਂਗਲੀਆਂ ਕਹਿਣੀਆਂ ਪੈਂਦੀਆਂ ਨੇ, ਪੂਰੀਆਂ ਨੇ ਲੈ ਗਏ ਕਦੀ। ਇਹਨਾਂ ਦਾ ਆਹ ਹਾਲ ਹੈ, ਇਹਨਾਂ ਦਾ ਪੈਸੇ ਖਾਣ ਤੱਕ ਹੀ ਮਤਲਬ ਹੈ, ਹੋਰ ਕੋਈ ਮਤਲਬ ਨਹੀਂ ਹੈ। ਇਸ ਕਰਕੇ ਮੈਨੂੰ ਤਾਂ ਭਾਵੇਂ ਜੱਫੀਆਂ ਪਾਈ ਲਓ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਮੇਰੇ ਨਾਲ ਮਿਲ ਕੇ ਕੋਈ ਖਤਰਾ ਨਹੀਂ। ਮੈਂ ਤੁਹਾਡਾ ਆਪਣਾ ਪੁੱਤ ਹਾਂ, ਮੈਂ ਤੁਹਾਡਾ ਆਪਣਾ ਭਤੀਜਾ, ਮੈਂ ਤੁਹਾਡਾ ਆਪਣਾ ਛੋਟਾ ਵੱਡਾ ਭਾਈ ਹਾਂ।